ਤਕੱਬਰ ਅਤੇ ਹਸਦ ਦੋ ਚੀਜ਼ਾਂ ਯਾਦ ਰੱਖਿਓ, ਤਕੱਬਰ ਅਤੇ ਹਸਦ। ਤਕੱਬਰ ਕੀ ਹੈ ਅਤੇ ਹਸਦ ਕੀ ਹੈ, ਇਹ ਦੋ ਜ਼ਰਾ ਜੁਮਲੇ ਜ਼ਿਹਨ 'ਚ ਰੱਖਣੇ ਜੇ। ਅਗਰ ਕੋਈ ਬੰਦਾ ਚਾਹੁੰਦਾ ਮੈਂ ਸ਼ੈਤਾਨ ਬਣਾ, ਆਉਂਦੇ ਨੇ ਵਿੱਚ ਬੰਦੇ ਸ਼ੈਤਾਨ ਬਣਨਾ ਚਾਹੁੰਦੇ ਨੇ, ਕਈ ਵਾਰੀ ਪਿੰਡਾਂ ਥਾਵਾਂ ਵਿੱਚ ਵੀ ਬੰਦਾ ਹੁੰਦਾ, ਸਾਰੇ ਆਉਂਦੇ ਨੇ ਇਹ ਪੱਕਾ ਸ਼ੈਤਾਨ ਹੈ। ਉਹ ਪਤਾ ਕਿਉਂ ਆਉਂਦੇ ਨੇ, ਉਹ ਸ਼ੈਤਾਨੀਆਂ ਕਰਦਾ, ਉਹ ਜਿੱਥੇ ਖਲੋਵੇਗਾ ਉੱਥੇ ਸ਼ੈਤਾਨੀ ਕਰੇਗਾ, ਜਿੱਥੇ ਖਲੋਵੇਗਾ ਉੱਥੇ ਅੱਗ ਲਾਵੇਗਾ, ਐਵੇਂ ਨਹੀਂ ਬੰਦੇ ਕਹਿੰਦੇ। ਆ ਕਈ ਬੰਦੇ ਅੱਛੇ ਵੀ ਨੇ ਅਤੇ ਭੈੜੇ ਵੀ ਨੇ। ਕੋਈ ਬੰਦਾ ਚਾਹੁੰਦਾ ਕਿ ਮੈਂ ਜੀ ਸ਼ੈਤਾਨ ਬਣਨਾ ਚਾਹੁੰਦਾ, ਉਹ ਦੋ ਕੰਮ ਕਰ ਲਏ ਪੱਕਾ ਸ਼ੈਤਾਨ ਬਣ ਜਾਏਗਾ। ਅੱਛਾ ਜੀ, ਕਿਹੜੇ ਦੋ ਕੰਮ ਤੁਸੀਂ ਆਖੋਗੇ, ਇੱਧਰ ਤਵੱਜੋ ਕਰੋ। ਜਿਹੜਾ ਬੰਦਾ, ਜਿਸ ਬੰਦੇ ਵਿੱਚ ਦੋ ਕੰਮ ਨੇ ਉਹ ਪੱਕਾ ਸ਼ੈਤਾਨ ਜੇ, ਇਹ ਨਿਸ਼ਾਨੀ ਦੱਸਣ ਲੱਗਾ। ਜਿਹੜਾ ਬੰਦਾ ਤਕੱਬਰ ਕਰਦਾ, ਕੀ ਕਰਦਾ, ਜਿਹੜਾ ਬੰਦਾ ਤਕੱਬਰ ਕਰਦਾ, ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਤੋਂ ਥੱਲੇ ਸਮਝਦਾ, ਆਪਣੀਆਂ ਭੈਣਾਂ ਭਰਾਵਾਂ ਨੂੰ ਆਪਣੇ ਤੋਂ ਨੀਚ ਸਮਝਦਾ, ਕੋਈ ਬੰਦਾ ਖਲੋਤਾ ਹੋਵੇ ਤਾਂ ਉਹਦੇ ਨਾਲ ਤਕੱਬਰ ਨਾਲ ਸਲਾਮ ਨਹੀਂ ਲੈਂਦਾ। ਜਿਹੜਾ ਬੰਦਾ ਤਕੱਬਰ ਕਰੇ, ਉਹਦੇ ਦਿਲ ਵਿੱਚ ਹੋਵੇ ਵੀ ਮੈਂ ਬਹੁਤ ਵੱਡਾ ਬੰਦਾ ਅਤੇ ਆਹ ਸਾਰੇ ਛੋਟੇ ਨੇ, ਜਾਂ ਮੇਰੇ ਕੋਲ ਗੱਡੀਆਂ ਜ਼ਿਆਦਾ ਨੇ, ਮੇਰੇ ਕੋਲ ਜ਼ਮੀਨ ਜ਼ਿਆਦਾ, ਮੇਰੇ ਕੋਲ ਪੈਸਾ ਜ਼ਿਆਦਾ, ਮੈਂ ਵੱਡਾ ਵਾਂ, ਇਹ ਛੋਟੇ ਨੇ। ਜਿਹੜਾ ਬੰਦਾ ਤਕੱਬਰ ਕਰੇ, ਉਹਦੇ ਅੰਦਰ ਤਕੱਬਰ ਹੈ, ਉਹ ਪੱਕਾ ਸ਼ੈਤਾਨ ਜੇ। ਨੰਬਰ ਦੋ, ਜਿਹੜਾ ਬੰਦਾ ਹਸਦ ਕਰੇ, ਕੀ ਕਰੇ, ਹਸਦ। ਜਿਹੜਾ ਬੰਦਾ ਕਿਸੇ ਦਾ ਹਸਦ ਕਰੇ, ਮੈਨੂੰ ਇਮਾਨਦਾਰੀ ਨਾਲ ਦੱਸੋ, ਜਿਹੜਾ ਬੰਦਾ ਕਿਸੇ ਦਾ ਹਸਦ ਕਰਦਾ ਨਾ, ਉਹ ਅੱਲਾ ਦੀ ਵੰਡ ਦੇ ਉੱਤੇ ਤਨਕੀਦ ਕਰਦਾ, ਅੱਲਾ ਦੀ ਤਕਸੀਮ 'ਤੇ। ਇੱਧਰ ਤਵੱਜੋ ਕਰੋ, ਅਗਰ ਅੱਲਾ ਨੇ ਮੈਨੂੰ ਸਾਈਕਲ ਦਿੱਤੀ ਹੈ ਅਤੇ ਅੱਲਾ ਨੇ ਦਿੱਤੀ ਹੈ, ਅੱਲਾ ਨੇ ਤੈਨੂੰ ਗੱਡੀ ਦਿੱਤੀ ਤਾਂ ਕਿਹਨੇ ਦਿੱਤੀ ਹੈ, ਅੱਲਾ ਨੇ ਦਿੱਤੀ ਹੈ ਨਾ। ਅਤੇ ਜੋ ਅੱਲਾ ਨੇ ਦਿੱਤਾ ਉਹਦੇ ਤੋਂ ਤੂੰ ਕਿਉਂ ਹਸਦ ਪਿਆ ਕਰਨਾ, ਤੂੰ ਦੁਆ ਕਰ ਕਿ ਯਾ ਅੱਲਾ ਇਹਨੂੰ ਦਿੱਤਾ ਹੀ ਤਾਂ ਮੈਨੂੰ ਵੀ ਦੇ। ਅਤੇ ਜੇ ਬੰਦਾ ਸੋਚਦਾ ਰਹੇ ਵੀ ਇਹਨੇ ਲਈ ਕਿੱਥੋਂ ਵੇ, ਇਹਨੇ ਕੀਤਾ ਕਿੱਥੋਂ ਵੇ, ਇਹ ਭਾਅ ਜੀ ਇਹ ਜ਼ਮੀਨ ਕਿੱਥੋਂ ਲੈ ਲਈ ਹੈ ਨਾ, ਇਹਨਾਂ ਇਹ ਬਿਲਡਿੰਗ ਕਿਵੇਂ ਬਣਾ ਲਈ ਹੈ, ਇਹਨਾਂ ਗੱਡੀਆਂ ਕਿੱਥੋਂ ਲੈ ਲਈਆਂ ਨੇ, ਇਹਨੂੰ ਕਹਿੰਦੇ ਨੇ ਹਸਦ ਕਰਨਾ। ਇੱਧਰ ਤਵੱਜੋ ਕਰੋ, ਜਿਸ ਬੰਦੇ ਦੇ ਅੰਦਰ ਦੋ ਚੀਜ਼ਾਂ ਪਾਈਆਂ ਜਾਣਗੀਆਂ, ਤਕੱਬਰ ਅਤੇ, ਤੁਸੀਂ ਆਖੋਗੇ ਕਾਰੀ ਸਾਹਿਬ ਤੁਹਾਡੇ ਕੋਲ ਕੀ ਦਲੀਲ ਹੈ, ਮੇਰੇ ਕੋਲ ਕੁਰਾਨ ਦੀ ਦਲੀਲ ਹੈ, ਮੇਰੇ ਕੋਲ ਕੁਰਾਨ ਦਾ ਫੈਸਲਾ। ਜਦੋਂ ਅੱਲਾ ਨੇ ਫਰਿਸ਼ਤਿਆਂ ਨੂੰ ਫਰਮਾਇਆ ਨਾ, ਫਰਿਸ਼ਤਿਓ ਸਜਦਾ ਕਰੋ ਮੇਰੇ ਆਦਮ ਨੂੰ, ਵਾਇਜ਼ ਕਾਲ ਰੱਬੁਕਾ ਲਿਲ ਮਲਾਇਕਾਤੀ ਇੰਨੀ ਜਾਇਲੁਨ ਫਿਲ ਅਰਦੀ ਖਲੀਫਾ। ਅੱਲਾ ਨੇ ਫਰਮਾਇਆ ਮੈਂ ਖਲੀਫਾ ਬਣਾਉਣ ਵਾਲਾ, ਅਤੇ ਅੱਲਾ ਨੇ ਆਦਮ ਨੂੰ ਬਣਾ ਛੱਡਿਆ, ਬਣਾਇਆ ਕਿ ਨਾ ਬਣਾਇਆ, ਹਜ਼ਰਤ ਆਦਮ ਨੂੰ ਖਲੀਫਾ ਬਣਾ ਲਿਆ। ਜਦੋਂ ਹਜ਼ਰਤ ਆਦਮ ਖਲੀਫਾ ਬਣ ਗਏ, ਮਿੱਟੀ ਦਾ ਪੁਤਲਾ ਬਣਾ ਕੇ ਵਿੱਚ ਰੂਹ ਫੂੰਕੀ, ਅੱਲਾ ਨੇ ਤਮਾਮ ਫਰਿਸ਼ਤਿਆਂ ਨੂੰ ਫਰਮਾਇਆ ਲਿਲ ਮਲਾਇਕਾਤ ਐ ਫਰਿਸ਼ਤਿਓ ਸਜਦਾ ਕਰੋ। ਯਾ ਅੱਲਾ ਕਿਹਨੂੰ ਫਰਮਾਇਆ, ਆਦਮ ਨੂੰ। ਸਾਰਿਆਂ ਕੀਤਾ ਇੱਕ ਖਲੋਤਾ ਰਿਹਾ। ਮੈਂ ਕੁਰਾਨ 'ਚੋਂ ਦਲੀਲ ਪਿਆ ਦੇਣਾ, ਮੈਂ ਐਵੇਂ ਨਹੀਂ ਗੱਲ ਕਰਦਾ ਪਿਆ, ਕੁਰਾਨ 'ਚੋਂ ਦੋ ਚੀਜ਼ਾਂ, ਇੱਕ ਖਲੋਤਾ ਰਿਹਾ ਜੀ, ਇਹ ਜਿੰਨ ਸੀ, ਜਿੰਨ, ਤਵੱਜੋ ਫਰਮਾਇਓ, ਅੱਗ ਤੋਂ ਬਣਿਆ ਸੀ, ਇਹ ਜਿੰਨ ਸੀ, ਇਹ ਨੂਰੀ ਨਹੀਂ, ਇਹ ਜਿੰਨ, ਜਿੰਨ ਜਿਹੜਾ ਨਾ, ਇਹ ਇਬਲੀਸ, ਇਹ ਅੱਗ ਤੋਂ ਬਣਿਆ ਜਿੰਨ ਸੀ, ਇਹਨੂੰ ਅਜ਼ਮਤ ਦਿੱਤੀ ਗਈ ਸੀ, ਇਬਾਦਤ ਫਿਰ ਬੜੀ ਕੀਤੀ ਨਾ ਇਹਨੇ। ਅੱਲਾ ਨੇ ਫਰਮਾਇਆ ਸਜਦੇ ਪੈ ਜਾਓ, ਸਾਰੇ ਸਜਦੇ ਪੈ ਗਏ, ਇੱਕ ਖਲੋਤਾ ਜੀ। ਅੱਲਾ ਨੇ ਫਰਮਾਇਆ ਤੈਨੂੰ ਕੀ ਹੋਇਆ, ਕਹਿੰਦਾ ਮੈਂ ਨਹੀਂ ਕਰਨਾ ਸਜਦਾ। ਅੱਲਾ ਨੇ ਫਰਮਾਇਆ ਕਿਉਂ, ਤਵੱਜੋ ਕਰੀ, ਪਹਿਲੀ ਗੱਲ ਉਹਨੇ ਕੀਤੀ, ਉਹਨੇ ਕਿਹਾ ਮੌਲਾ ਮੈਂ ਬਣਿਆ ਅੱਗ ਤੋਂ, ਇਹ ਬਣਿਆ ਮਿੱਟੀ ਤੋਂ, ਅਤੇ ਅੱਗ ਮਿੱਟੀ ਤੋਂ ਅਫਜ਼ਲ ਹੈ, ਅੱਗ ਮਿੱਟੀ ਤੋਂ ਆਲਾ ਵੇ, ਅਤੇ ਅਫਜ਼ਲ ਥੱਲੜੇ ਨੂੰ ਸਜਦਾ ਨਹੀਂ ਕਰਦਾ। ਇਹ ਕੀ ਹੋ ਗਿਆ, ਤਕੱਬਰ। ਕੀ ਹੋ ਗਿਆ ਵੀ ਮੈਂ ਵੱਡਾ ਵਾਂ ਅਤੇ ਆਦਮ ਛੋਟਾ, ਮੈਂ ਅੱਗ ਤੋਂ ਬਣਿਆ ਅਤੇ ਆਦਮ ਮਿੱਟੀ ਤੋਂ ਬਣਿਆ,
ਪਹਿਲਾ ਕੰਮ ਜਿਹੜਾ ਸ਼ੈਤਾਨ ਨੇ ਕੀਤਾ ਜਿਹਦੀ ਵਜ੍ਹਾ ਤੋਂ ਉਹਦੇ ਗਲੇ ਵਿੱਚ ਤੋਕ ਲਾਹਨਤ ਦਾ ਪਿਆ, ਪਹਿਲਾ ਕੰਮ ਖਲੋ ਕੇ ਉਹਨੇ ਅੱਲਾਹ ਦੇ ਸਾਹਮਣੇ ਆਖਿਆ, ਤਕੱਬਰ ਕੀਤਾ, ਉਹਨੇ ਕਿਹਾ ਮੈਂ ਵੱਡਾ ਆਦਮ ਤੂੰ, ਮੈਂ ਆਲਮ ਆਦਮ ਤੂੰ, ਮੈਂ ਨਹੀਂ ਸਜਦਾ ਕਰਦਾ। ਦੂਸਰਾ ਉਹਨੇ ਕੰਮ ਕੀ ਕੀਤਾ, ਅੱਲਾਹ ਨੇ ਫਰਮਾਇਆ ਕਿਉਂ, ਦੂਸਰਾ ਕੰਮ ਉਹਨੇ ਹਜ਼ਰਤ ਆਦਮ ਤੋਂ ਹਸਦ ਕੀਤਾ। ਕੀ ਕੀਤਾ? ਹਸਦ। ਹਸਦ ਕਿਵੇਂ ਕੀਤਾ? ਉਹਨੇ ਕਿਹਾ ਮੈਂ ਫਰਿਸ਼ਤਿਆਂ ਦਾ ਸਰਦਾਰ ਅਤੇ ਮੇਰੇ ਸਾਹਮਣੇ ਆਦਮ ਨੂੰ ਬਣਾਇਆ ਮਿੱਟੀ ਦੇ ਨਾਲ, ਅੱਲਾਹ ਨੇ ਇਹ ਗਾਰਾ ਗੁੰਨਿਆ, ਮਿੱਟੀ ਦੇ ਨਾਲ ਪੁਤਲਾ ਬਣਾਇਆ, ਅਤੇ ਜਿਹੜਾ ਮੇਰੇ ਸਾਹਮਣੇ ਬਣਿਆ ਮੈਂ ਉਹਦੇ ਸਾਹਮਣੇ ਕਿਵੇਂ ਝੁਕ ਜਾਂ? ਹਸਦ ਕੀਤਾ ਨਾ ਕਿ ਮੈਂ ਜ਼ਿਆਦਾ ਅਤੇ ਇਹ ਥੱਲੇ। ਦੋ ਕੰਮ ਆਪਣੇ ਅੰਦਰ ਕਦੀ ਨਾ ਆਉਣ ਦਿਓ ਜ਼ਿੰਦਗੀ 'ਚ, ਦੋ ਕੰਮ। ਇੱਕ ਹਸਦ ਕਦੀ ਤੇਰੇ ਜ਼ਿਹਨ ਵਿੱਚ ਆਵੇ ਵੀ ਨਾ ਤੇਰੇ ਭਰਾ ਦੇ ਬਾਰੇ ਜਾਂ ਚਾਚੇ ਮਾਮੇ ਦੇ ਬਾਰੇ ਜਾਂ ਪੁੱਫੋ ਦੇ ਬਾਰੇ ਕਿਸੇ ਦੇ ਬਾਰੇ ਜ਼ਿਹਨ ਵਿੱਚ ਖਿਆਲ ਵੀ ਆਵੇ ਨਾ ਕਿ ਯਾਰ ਇਹ ਸਾਡੇ ਤੋਂ ਅੱਗੇ ਨੇ, ਅਤੇ ਅੱਲਾਹ ਕੋਲ ਮਾਫ਼ੀ ਮੰਗ ਅਤੇ ਆਖ ਮੌਲਾ ਸਾਨੂੰ ਵੀ ਦੇ। ਆ ਜਾਂਦਾ ਮੇਰੇ ਜ਼ਿਹਨ ਵਿੱਚ ਕਦੀ ਕਦੀ ਆ ਜਾਂਦਾ, ਤੁਹਾਡੇ ਜ਼ਿਹਨ 'ਚ ਆ ਜਾਂਦਾ, ਇਹ ਸ਼ੈਤਾਨ ਨਾਲ ਹੈ ਨਾ। ਸ਼ੈਤਾਨ ਬੰਦੇ ਨੂੰ ਉਹ ਫਿਰ ਉਸੇ ਪਾਸੇ ਲਿਆਉਂਦਾ ਰਹਿੰਦਾ। ਕਦੀ ਹਸਦ ਨਹੀਂ ਕਰਨਾ, ਦੁਆ ਕਰੋ ਕਿਸੇ ਵਾਸਤੇ ਅੱਲਾਹ ਉਹ ਚੀਜ਼ ਤੁਹਾਨੂੰ ਵੀ ਦੇਵੇਗਾ। ਦੂਸਰੇ ਨੰਬਰ 'ਤੇ ਤਕੱਬਰ ਨਹੀਂ ਕਰਨਾ, ਆਕੜ ਨਹੀਂ ਪੈਦਾ ਕਰਨੀ ਆਪਣੇ ਵਿੱਚ। ਜਿੰਨਾ ਜੁੱਕ ਜਾਓਗੇ ਅੱਲਾਹ ਉਨਾ ਹੀ ਰੰਗ ਲਾਏਗਾ, ਜਿੰਨਾ ਸਹਿ ਜਾਓਗੇ ਅੱਲਾਹ ਉਨਾ ਹੀ ਰੰਗ ਲਾਵੇਗਾ। ਮਿਟਾ ਦੇ ਆਪਣੀ ਹਸਤੀ ਕੋ, ਆਏ ਹਾਏ, ਅਲਾਮਾ ਇਕਬਾਲ ਨੇ ਐਵੇਂ ਤਾਂ ਨਹੀਂ ਨਾ ਫਰਮਾਇਆ, ਅਗਰ ਆਪਣੀ ਹਸਤੀ ਨੂੰ ਮਿਟਾਏਗਾ ਨਾ ਫਿਰ ਤੇਰੇ 'ਤੇ ਫਲ ਲੱਗੇਗਾ, ਫਿਰ ਤੈਨੂੰ ਅੱਲਾਹ ਅਤਾ ਫਰਮਾਏਗਾ। ਤਕੱਬਰ, ਹਸਦ, ਦੋ ਚੀਜ਼ਾਂ ਆਪਣੀ ਔਲਾਦ ਵਿੱਚ ਵੀ ਨਹੀਂ ਆਉਣ ਦੇਣੀਆਂ। ਇਹ ਸਕਿਆਂ ਭਰਾਵਾਂ 'ਚ ਵੀ ਆ ਜਾਂਦਾ, ਜਦੋਂ ਬੱਚੇ ਹੁੰਦੇ ਨਾ ਛੋਟੇ ਛੋਟੇ, ਅਤੇ ਉਹ ਵੱਡੇ ਨੂੰ ਚੰਗੀ ਚੀਜ਼ ਲੱਭ ਜੇ ਨਾ ਅਤੇ ਛੋਟੇ ਨੂੰ ਜ਼ਰਾ ਉਂਝਦੀ ਨਾ ਲੱਭੇ। ਪਹਿਲੀ ਬਾਤ ਇਹ ਆਵੇ ਕਿ ਬਾਪ ਨੂੰ ਵੀ ਇਨਸਾਫ ਕਰਨਾ ਚਾਹੀਦਾ, ਇਹ ਬੜੀਆਂ ਬਰੀਕ ਗੱਲਾਂ 'ਚ, ਬਾਪ ਨੂੰ ਵੀ ਇਨਸਾਫ ਕਰਨਾ ਚਾਹੀਦਾ। ਅਗਰ ਇੱਕ ਦੇ ਕੱਪੜੇ ਚੰਗੇ ਨੇ ਤਾਂ ਦੂਸਰੇ ਦੇ ਭੈੜੇ ਨਹੀਂ ਹੋਣੇ ਚਾਹੀਦੇ, ਨਹੀਂ ਸਮਝ ਆ ਰਹੀ ਗੱਲ? ਅਗਰ ਇੱਕ ਦੀ ਜੁੱਤੀ ਤੂੰ ਬ੍ਰਾਂਡ ਤੂੰ ਲਈ ਹੈ ਅਤੇ ਦੂਸਰੇ ਦੀ ਜੁੱਤੀ ਤੂੰ ਇੱਥੋਂ ਸਾਹਮਣੇ ਬਾਜ਼ਾਰ 'ਚੋਂ ਲੈ ਲਈ ਹੈ, ਕੀ ਗੱਲ ਹੈ? ਉਹ ਤੇਰਾ ਪੁੱਤਰ ਨੇ, ਉਹ ਤੇਰੀ ਔਲਾਦ ਨਹੀਂ? ਬਾਬਾ, ਐਟੋਮੈਟਿਕ ਔਲਾਦ ਦੀ ਜ਼ਿਹਨ ਵਿੱਚ ਖਿਆਲ ਹੁੰਦਾ ਕਿ ਵੱਡੇ ਦਾ ਅੱਬਾ ਜ਼ਿਆਦਾ ਕਰਦਾ, ਸਾਡਾ ਥੋੜ੍ਹਾ ਕਰਦਾ। ਜਿਹੜੀ ਚੀਜ਼ ਲਿਆ ਬਰਾਬਰ ਦੀ ਦੇ ਉਹਨਾਂ ਨੂੰ, ਤੇਰੀ ਇੱਜ਼ਤ ਕਰਨਗੇ, ਤੇਰਾ ਇਹਤਰਾਮ ਕਰਨਗੇ। ਵੰਡ ਨਹੀਂ ਪਾਣੀ, ਛੋਟਿਆਂ ਹੁੰਦੇ ਹੀ ਵੰਡ ਨਹੀਂ ਪਾਣੀ ਸ਼ੁਰੂ ਕਰ ਦੇਈਦੀ, ਅਤੇ ਫਿਰ ਕਈ ਵਾਰੀ ਪਤਾ ਕੀ ਹੁੰਦਾ, ਸਾਰੇ ਬੱਚੇ ਬੈਠੇ ਹੋਣ ਨਾ ਅਤੇ ਕੋਈ ਬੰਦਾ ਪੁੱਛੇ ਨਾ, ਇਹ ਭਾਅ ਜੀ ਤੁਹਾਨੂੰ ਕਿਹੜੇ ਬੱਚੇ ਨਾਲ ਜ਼ਿਆਦਾ ਪਿਆਰ ਹੈ? ਅਗਰ ਗੱਲ ਸਮਝਿਓ, ਮਿੰਬਰ ਤੋਂ ਇਹ ਗੱਲਾਂ ਬਿਆਨ ਨਹੀਂ ਹੁੰਦੀਆਂ। ਮੈਂ ਵੀ ਸਿੱਧਾ ਸਿੱਧਾ ਤੁਹਾਨੂੰ ਵਾਕਿਆ ਕਰਬਲਾ ਸੁਣਾ ਕੇ ਆਉਂਦਾ, ਚਲੋ ਠੀਕ ਹੈ ਛੁੱਟੀ ਜਾਓ ਜੀ, ਅਸੀਂ ਵੀ ਜਾਈਏ, ਤੁਸੀਂ ਵੀ ਜਾਈਏ, ਤੁਹਾਨੂੰ ਕਿਹੜੇ ਬੱਚੇ ਨਾਲ ਪਿਆਰ ਹੈ? ਉਹ ਬੰਦਾ ਫਿਰ ਪਤਾ ਕਰਦਾ, ਇੱਕ ਨੂੰ ਇੱਥੇ ਕੋਲ ਬਿਠਾ ਲੈਂਦਾ ਅਤੇ ਦੂਸਰੇ ਸਾਹਮਣੇ ਬੈਠੇ ਹੁੰਦੇ, ਆਂਦਾ ਯਾਰ ਔਲਾਦ ਤਾਂ ਮੇਰੀ ਸਾਰੀ ਹੈ ਪਰ ਇਹ ਮੈਨੂੰ ਬੜਾ ਸੋਹਣਾ ਲੱਗਦਾ। ਇਹਦੇ ਨਾਲ ਵੀ ਨਫ਼ਰਤ ਪੈਦਾ ਹੁੰਦੀ ਆ ਔਲਾਦ ਦੇ ਦਿਲ ਵਿੱਚ। ਤੈਨੂੰ ਕੋਈ ਪੁੱਛੇ ਵੀ ਕਿਹੜਾ ਪਿਆਰਾ ਲੱਗਦਾ? ਮੈਨੂੰ ਸਾਰੇ ਪਿਆਰੇ ਨੇ, ਮੈਨੂੰ ਸਾਰੇ, ਦੱਸਣ ਦੀ ਕੀ ਲੋੜ ਹੈ? ਚੱਲ ਅਗਰ ਇੱਕ ਤਾਂ ਤੇਰਾ ਦਿਲ ਕਿਸੇ ਵੱਲ ਜ਼ਿਆਦਾ ਹੋਵੇ ਤਾਂ ਦੱਸ ਕੇ ਉਹਨਾਂ ਦੇ ਵਿੱਚ ਤਫਰਕਾ ਨਾ ਫੈਲਾ। ਉਹ ਹਸਦ ਕਰਨਗੇ ਇੱਕ ਦੂਜੇ ਤੋਂ। ਉਹ ਯੂਸਫ ਅਲੈ ਸਲਾਮ ਨੂੰ ਭਰਾਵਾਂ ਨੇ ਖੂਹ 'ਚ ਐਵੇਂ ਨਹੀਂ ਸੀ ਸੁੱਟਿਆ, ਪੜ੍ਹੋ ਤਾਂ ਸਹੀ, ਕਿਸ ਵਜ੍ਹਾ ਤੋਂ ਸੁੱਟਿਆ ਸੀ? ਹਸਦ ਦੀ ਵਜ੍ਹਾ ਤੋਂ। ਕਿਸ ਵਜ੍ਹਾ ਤੋਂ? ਉੱਚੀ ਬੋਲੋ, ਕਿਸ ਵਜ੍ਹਾ ਤੋਂ? ਭਰਾਵਾਂ ਨੇ ਆਖਿਆ ਸੀ ਯੂਸਫ ਅੱਬਾ ਤੈਨੂੰ ਗੋਹ 'ਚ ਬਿਠਾਈ ਰੱਖਦਾ, ਸਾਨੂੰ ਕਦੀ ਉਹਨੇ ਪੁੱਛਿਆ ਨਹੀਂ, ਤੂੰ ਜ਼ਿਆਦਾ ਪੁੱਤਰ ਹੈ ਅੱਬੇ ਦਾ। ਅਤੇ ਜਦੋਂ ਖੂਹ 'ਚ ਸੁੱਟਣ ਲੱਗੇ ਸਨ ਤਾਂ ਉਹਨਾਂ ਆਖਿਆ ਸੀ ਬੁਲਾ ਹੁਣ ਅੱਬੇ ਨੂੰ, ਕਿੱਥੇ ਵੇ ਤੇਰਾ ਬਾਪ? ਬਾਬਾ, ਸਕਿਆਂ ਭਰਾਵਾਂ ਵਿੱਚ ਵੀ ਇਹ ਚੀਜ਼ ਆ ਜਾਂਦੀ ਹੈ। ਇਸ ਵਾਸਤੇ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਬਾਪ ਦਾ ਕੰਮ ਹੈ, ਸਿਰਫ ਪਿਓ ਦਾ ਇਹ ਕੰਮ ਨਹੀਂ ਵੀ ਕਮਾਈ ਲਿਆ ਕੇ ਦੇ ਛੱਡਣੀ ਅਤੇ ਆਪੀ ਮੰਜੀ 'ਤੇ ਸੌਂ ਰਹਿਣਾ, ਠੀਕ ਹੈ ਜੀ ਬਸ ਠੀਕ ਹੈ। ਇਹ ਹੱਕ ਬਣਦਾ ਆਪਣੀ ਔਲਾਦ ਦੇ ਵਿੱਚ, ਸ਼ੁਰੂ ਤੋਂ ਬਰਾਬਰੀ ਕਰੋ, ਸ਼ੁਰੂ ਤੋਂ ਧੀਆਂ ਵਿੱਚ ਦੋ ਧੀਆਂ ਨੇ, ਤਿੰਨ ਧੀਆਂ ਨੇ, ਬਰਾਬਰੀ ਕਰੋ। ਵੱਡੀ ਹੈ ਭਾਵੇਂ ਛੋਟੀ ਹੈ, ਤੇਰੀ ਔਲਾਦ ਹੈ, ਤੇਰਾ ਖੂਨ ਹੈ, ਕਿਸੇ ਦੇ ਵਿੱਚ ਹਸਦ ਨਾ ਪੈਦਾ ਹੋਵੇ।
ਇੱਕ ਦੂਜੇ ਦੇ ਬਾਰੇ ਨਫ਼ਰਤ ਨਾ ਪੈਦਾ ਹੋਵੇ। ਇਸ ਵਾਸਤੇ ਹਜ਼ਰਤ ਜੀ ਵਕਾਰ ਦੁਆ ਗੋਵਾਂ, ਅੱਲਾ ਕਰੀਮ ਇਹਨਾਂ ਬਾਤਾਂ 'ਤੇ ਸਾਨੂੰ ਸਾਰਿਆਂ ਨੂੰ ਅਮਲ ਕਰਨ ਦੀ ਤੌਫੀਕ ਅਤਾ ਫਰਮਾਏ।